ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇੱਕ ਹੋਰ ਵਿਆਹ ਚੱਲਿਆ, ਵਿਆਹ 'ਤੇ ਵਿਆਹ, ਵਿਆਹ 'ਤੇ ਵਿਆਹ। ਅੱਜ ਬੰਤ ਬਾਈ ਚੱਲਿਆ ਸਾਡੇ ਨਾਲ, ਅਤੇ ਇੱਧਰ ਗੈਰੀ ਸਿੱਧੂ, ਸੁਖਜੀਤ, ਪਿੱਛੇ ਪੱਪੀ ਬਾਈ, ਅਤੇ ਗੱਡੀ ਤਿਆਰ ਹੈ। ਅਤੇ ਅੱਜ ਦੇਖਦੇ ਹੁਣ ਡਰਾਈਵਰ ਕੌਣ ਕਰੂਗਾ, ਡਰਾਈਵਰ ਕੌਣ ਬਣੂਗਾ ਅੱਜ ਬਾਈ? ਜਸਵੰਤ ਸਿੰਘ ਬਣੂਗਾ ਡਰਾਈਵਰ? ਚਲੋ ਬਾਈ, ਜਸਵੰਤ ਸਿੰਘ ਡਰਾਈਵਰ ਬਣੂਗਾ। ਜਾਣਾ ਬਹੁਤ ਦੂਰ ਹੈ, ਘੱਟੋ ਘੱਟ ਵੀ ਕਿੰਨਾ ਟਾਈਮ ਲੱਗ ਜੂ ਬੰਤ ਬਾਈ ਇੱਥੋਂ ਤੋਂ? ਲਓ ਜੀ, ਸਾਨੂੰ ਤਕਰੀਬਨ ਅੱਧਾ ਘੰਟਾ ਹੋ ਚੁੱਕਿਆ ਗੱਡੀ ਚਲਾਉਂਦਿਆਂ ਨੂੰ, ਅਤੇ ਬੰਤ ਬਾਈ ਬੜੀ ਸੋਹਣੀ ਗੱਡੀ ਚਲਾ ਰਿਹਾ। ਹਾਂਜੀ ਮਹਾਰਾਜ। ਹਾਂ, ਅਤੇ ਬੰਤ ਬਾਈ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ। ਹਾਂਜੀ ਹਾਂਜੀ ਮਹਾਰਾਜ। ਬਾਈ, ਜਿਹੜੇ ਇੰਨੀ ਦੂਰ ਬੰਦੇ ਵਿਆਹ ਕਰਾਉਂਦੇ ਆ, ਅੱਛਾ ਜੀ, ਉਹਦਾ ਕਿਆ ਫਾਇਦਾ? ਇਹਦਾ ਤਾਂ ਇਹ ਆ ਜੀ, ਹਾਂ, ਇੱਕ ਤਾਂ ਘਰ ਵਾਲੀ ਛੇਤੀ ਛੇਤੀ ਜਾਂਦੀ ਨਹੀਂ ਹੈਗੀ ਰੁੱਸ ਕੇ, ਹਾਂ, ਪਰ ਜੇ ਚਲੇ ਜਾਵੇ ਫਿਰ ਆਉਂਦੀ ਵੀ ਹੈ ਨਹੀਂ, ਇਹ ਵੀ ਗੱਲ ਨਾਲ। ਅੱਛਾ, ਇਹ ਮੈਨੂੰ ਵੀ ਆਹੀ ਸ਼ੱਕ ਪੈਂਦਾ ਵੀ ਜਿਹੜੇ ਮਾੜੀ ਜਿਹੀ ਗੱਲ ਹੋਵੇ, ਜਦੇ ਕਹਿੰਦੇ ਅੱਗੇ ਛੱਕ ਕੇ ਫੋਨ ਮਾਰ ਦਿੰਦੀ ਆਪਣੇ ਘਰਦਿਆਂ ਨੂੰ, ਮੈਨੂੰ ਲੈ ਜਾਓ ਜੀ ਜਾਂ ਮੈਨੂੰ ਛੱਡ ਆਓ ਜੀ, ਦੂਰ ਦਾ ਇਹ ਸਭ ਤੋਂ ਬੜਾ ਫਾਇਦਾ ਵੀ ਇਹ ਚੀਜ਼ ਦਾ ਬਹੁਤ ਰਹਿੰਦਾ। ਦੂਰ ਦਾ ਐਡਵਾਂਚਰ ਅਸੀਂ ਰਹਿੰਦੀ ਹੋਣੀ ਮੇਰੇ ਖਿਆਲ 'ਚ ਵੀ ਬੰਦਾ ਛੇਤੀ ਛੇਤੀ ਕਹਿੰਦਾ ਨੇ ਰਹਿਣੇ ਦਿਓ ਜਾਣੇ ਨੂੰ ਯਾਰ, ਛੱਡ ਜੀ, ਜੇ ਨੇੜੇ ਆ ਤਾਂ ਬੰਦਾ ਜਦੇ ਕਹਿ ਦਿੰਦਾ ਹੋਣਾ ਜਾ ਆਉਂਦੇ ਆ, ਪੰਜ ਮਿੰਟ ਲੱਗਣੇ ਆ, ਪੰਜ ਮਿੰਟ ਲੱਗਣੇ ਆ, ਲੱਗਦਾ ਹੁਣ ਇੱਥੇ ਡੇਢ ਘੰਟੇ ਦਾ ਸਫ਼ਰ ਕਿਹੜਾ ਜਾਊਗਾ ਇੰਨੀ ਦੂਰ? ਅਸੀਂ ਤਾਂ ਗੱਡੀ ਭਜਾ ਭਜਾ ਕੇ ਨਾ ਸੰਭਾਲਿਆ, ਤਾਂ ਹਲੇ ਇੱਥੇ ਪਹੁੰਚੇ ਆ। ਦੇਖਦਾ ਆਜ਼ਾਦੀ ਜਗਬਾਰ ਮੁੰਡੇ ਦੀ। ਹਾਂ ਦੇਖ, ਉਹ ਬੂਬੀ ਵਾਲਾ ਕਿੱਦਾਂ ਬੂਬੀ ਬਣਾ ਰਿਹਾ, ਉਹਨੇ ਮਰਨਾ ਓਏ। ਦੇਖ ਤੂੰ ਥੱਲੇ ਨਾ ਡਿੱਗ ਜੀ ਕਿਤੇ, ਟਾਕੀ ਖੁੱਲ ਕੇ ਉਹਦੇ ਲੱਤ ਨੂੰ ਪਾ ਕੇ ਰੱਖ ਲੈ, ਨਾਲੇ ਦੇਖੀ ਮਿੱਠੂ ਜੱਚਾ ਕਿ ਨਹੀਂ। ਮਹਾਰਾਜ ਦੀ ਕਿਰਪਾ ਨਾਲ ਅਸੀਂ ਸਿਰੇ ਪਹੁੰਚ ਗਏ ਹਾਂ, ਅਤੇ ਹੁਣ ਤੁਹਾਨੂੰ ਅੰਦਰਲਾ ਸਾਰਾ ਸੀਨ ਦਿਖਾਉਂਦੇ ਹਾਂ ਘਾ ਕੇ ਵਿੱਚ। ਹਾਂ ਚੱਲੇ ਬਾਈ, ਪਰ ਅੰਦਰ ਨੂੰ ਚਲੋ ਜੀ ਬਾਈ। ਅੰਦਰ ਕਿਆ ਹੁਣ ਪਕੌੜੇ ਖਾਈਏ, ਫਿਰ ਜਾ ਕੇ ਮਾੜਾ ਮਾੜਾ ਧੁੱਪ ਬਹੁਤ ਲੱਗੀ, ਬਹੁਤ ਲੰਬਾ ਸਫ਼ਰ ਕਰਕੇ, ਲੰਬਾ ਸਫ਼ਰ ਕਰਕੇ। ਚੱਲੀਏ ਫਿਰ ਆ, ਤੁਹਾਨੂੰ ਦਿਖਾਉਂਦੇ ਅੱਗੇ ਦਾ ਸੀਨ ਕਿਆ ਹੈ। ਪਿੱਛੇ ਪੈਲਸ ਪਰਲੇ ਪਾਸੇ ਅਸੀਂ ਤੁਰ ਕੇ ਇੱਧਰ ਆ ਗਏ ਹਾਂ, ਹੈਮੰਤ ਬਾਈ। ਹਾਂਜੀ, ਆਪਣੇ ਇਲਾਕੇ 'ਚ ਪਪੂਲਰ ਬਹੁਤ ਆ, ਇਹ ਇਲਾਕੇ 'ਚ ਮੈਨੂੰ ਸਫੈਦਾ ਬਹੁਤ ਜ਼ਿਆਦਾ ਲੱਗਦਾ। ਇਹ ਬਾਈ ਨਵੀਂ ਬਰੀਡ ਦਾ ਸਫੈਦਾ ਇਹ, ਹਾਂ, ਕਿਉਂਕਿ ਲੱਗਦਾ ਥੋੜ੍ਹੀ ਥੋੜ੍ਹੀ ਜਗ੍ਹਾ 'ਚ ਹੈ, ਪਪੂਲਰ ਦਾ ਬਹੁਤ ਵਿਥਣਾ ਲਾਉਣਾ ਪੈਂਦਾ ਨਾ। ਚਲੋ, ਟੁੱਟ ਵੀ ਜਾਂਦਾ, ਟੁੱਟਦਾ ਨਹੀਂ, ਪਪੂਲਰ ਦੀ ਸਿਕਾਈ ਕਰਨੀ ਪੈਂਦੀ, ਸਿਕਾਈ ਦੀ ਲੋੜ ਨਹੀਂ। ਅੱਛਾ, ਸਿੱਧਾ ਜਾਣਾ ਨੇ, ਆਹ ਦੇਖ ਦੋ, ਕੋਈ ਸਿਕਾਈ ਨਹੀਂ, ਕੋਈ ਕੁਛ ਨਹੀਂ। ਅਸਲ 'ਚ ਬਾਈ ਪਕੌੜੇ ਖਾ ਲਏ ਜ਼ਿਆਦਾ, ਕਹਿੰਦੇ ਬਾ ਕਰਨਾ ਆਇਆ ਇੱਧਰ ਨੂੰ, ਕਰਨਾ ਪੈਣਾ ਥੱਲੇ, ਨਹੀਂ ਤਾਂ ਫਿਰ ਦੁਪਹਿਰ ਦਾ ਕੰਮ ਜਿਹੜਾ ਸਾਡਾ ਬੈਲੈਂਸ ਵਿਗੜ ਜਾਣਾ। ਹਾਂ, ਸਕਿੱਪ ਨਾ ਕਰਨਾ ਪੈ ਜਾਵੇ ਸਾਨੂੰ, ਬਸ ਸਕਿੱਪ ਹੋਣ ਨਹੀਂ ਦਿੰਦੇ ਅਸੀਂ। ਅਸੀਂ ਬਾਈ ਬਾਰਡਰ ਪਰ ਖੜੇ ਆ, ਆਹ ਸਾਡਾ ਹਰਿਆਣਾ, ਹਾਂ, ਇਹ ਸਾਡਾ ਪੰਜਾਬ ਹੈ। ਉਹ ਦੇ ਬਾਈ ਬਿਜ਼ਨਸਮੈਨ ਬੰਦੇ ਜਿਹੜੇ ਦੇਖੋ ਪਹੁੰਚ ਗਏ, ਪਹੁੰਚ ਗਏ ਵਿੱਚ ਪਹੁੰਚ ਗਏ। ਉਹ ਦੇ ਬਾਈ ਇਹ ਬਿਜ਼ਨਸਮੈਨ ਬੰਦਾ ਪਹੁੰਚ ਗਿਆ ਉਹਨਾਂ ਕੋਲ, ਹੁਣ ਭਾਅ ਭਾਂਤਾ ਪਤਾ ਕਰਕੇ ਆਊਗਾ। ਚੱਲੀਏ ਭਾਅ ਵੀ, ਚਲੋ ਚੱਲੀਏ, ਚਲੋ ਚੱਲੀਏ ਫਿਰ। ਪੱਪੀ ਬਾਈ ਕਿਆ ਖੋਜ ਕਰਕੇ ਆਇਆ ਬਾਈ ਹੁਣ? ਕਿੰਨੇ ਸਾਲ 'ਚ ਕਹਿੰਦੇ ਤਿਆਰ ਹੋ ਗਿਆ ਬਾਈ, ਦੱਸ ਕੇ ਰਾ। ਇਹ ਬਾਈ 3 ਸਾਲ ਦਾ ਬੂਟਾ ਹੈ। ਆਹ 3 ਸਾਲ ਦਾ ਬੂਟਾ ਬਾਈ ਦੇਖ ਲਓ। ਅੱਛਾ, 3 ਸਾਲ ਦਾ ਬੂਟਾ, 3 ਸਾਲ ਦਾ ਬੂਟਾ ਜੀ। ਅੱਛਾ, 3 ਸਾਲ ਇਹ ਬੂਟਾ 2 ਕੁਇੰਟਲ ਦਾ ਬੂਟਾ ਹੈ। ਵਾਹ, 400 ਰੁਪਏ 500 ਰੁਪਏ ਕੁਇੰਟਲ। ਵਾਹ ਜੀ, ਵਾਹ ਜੀ, ਵਾਹ ਜੀ।
ਇਹਦਾ ਫਾਇਦਾ ਹੈਗਾ ਇੱਕ ਇਹਨੂੰ ਪਾਣੀ ਘੱਟ ਲੱਗਦਾ 5 ਲੱਖ ਰੁਪਏ ਦੇ ਬਾ ਉਹਦੀ ਲੱਖ ਰੁਪਏ ਇਨਕਮ ਸਾਲ ਦੀ ਇਕੱਠੇ ਪੈਸੇ ਆ ਜਾਂਦੇ ਨਾਲੇ ਦੇਖੋ ਜੀ ਬੰਤ ਬਾਈ, ਮੁੰਡੇ ਦੀ ਟੌਰ ਬਹੁਤ ਅੱਜ ਹੋਣੀ ਵੀ ਚਾਹੀਦੀ। ਮੁੰਡਾ ਵੀ ਜੈਗਵਾਰ ਨੂੰ ਮਾਰ ਪਾਉਂਦਾ ਸੀ। ਜੈਗਵਾਰ ਸੁਣੀ ਸੀ ਕਿ ਇਹ ਸੁਣਾ ਸੀ ਇਹ ਸੁਣਾ ਸੀ। ਹੋਰ ਮਿੱਠੂ ਬਾਈ ਸੁਣਾ ਕੋਈ ਗੱਲਬਾਤ। ਘੁੰਗਰੂ ਵੀ ਲੱਗੇ ਹੋਏ ਆ, ਮੈਨੂੰ ਕਹਿੰਦੇ ਡੈਸਰ। ਹੋ ਗਿਆ ਵਧੀਆ, ਹੋ ਗਿਆ ਸਾਰਾ ਮਹਾਰਾਜ ਜੋੜੀ ਨੂੰ ਸਹੀ ਸਲਾਮਤ ਰੱਖੇ ਸਾਡੇ ਕੋਲ ਤੇ ਬੰਦ ਭਾਈ ਦੁਆ ਦੇ ਕੋਈ ਹੁਣ ਮਹਾਰਾਜ ਨੇ ਕਰਨਾ ਸਾਰਾ ਕੁਛ। ਚਲੋ ਮਾਰੇ ਕਿਰਪਾ। ਚਲੋ ਅੱਜ ਪਾਰਟੀ ਆ, ਆਉਣ ਵਾਲੇ ਸਾਲ 'ਚ ਫਿਰ ਮੁੰਡੇ ਦੀ ਪਾਰਟੀ ਕਰਾਂਗੇ। ਲੋਹੜੀ ਲੋਹੜੀ ਇਕੱਠੀ ਕਰਾਂਗੇ ਫਿਰ। ਚਲੋ ਸਾਡੇ ਦੁਆਵਾਂ ਤੇਰੇ ਨਾਲ। ਥੈਂਕ ਯੂ। ਸ਼ਾਹੀ ਅੰਦਾਜ਼ ਦੇ ਨਾਲ ਮੁਬਾਰਕ ਜੋੜੀ ਸਾਡੇ ਦਰਮਿਆਨ ਪਹੁੰਚੀ ਹੈ ਜੀ। ਛੱਡ ਗਈ ਅਸੀਂ, ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ।
ਮੇਰਾ ਜੱਟ ਵੇ ਅਸੂਲ ਭੈੜੇ ਨੀ ਮੈਂ ਪਾਲਿਆ ਤੇਰੇ ਪਿੰਡ ਦੀ ਮੰਡੀ ਨਾ ਮੈਂ ਰੱਖਾ ਡੱਬ ਚ ਹਮੇਸ਼ਾ ਹੀ ਕੱਚੀ ਨਾ ਬੋਥ ਵਿਦ ਆਲ ਹੈਪੀਨੈਸ ਇਨ ਲਵ ਇਨ ਯੋਰ ਲਾਈਫ ਕੈਨੇਡਾ ਵਾਲੇ ਮਾਮਾ ਜੀ ਅੱਜ ਬਹੁਤ ਖੁਸ਼ ਹੈ ਕੈਨੇਡਾ ਵਾਲੇ ਮਾਮਾ ਜੀ ਨੇ ਸਾਨੂੰ ਵੀ ਖੁਸ਼ ਕੀਤਾ ਹੋਇਆ ਬਾਰ ਬਾਰ ਆ ਰਹੇ ਨੇ ਕੈਨੇਡਾ ਵਾਲੇ ਮਾਮਾ ਜੀ ਥੈਂਕ ਯੂ ਸੋ ਮਚ ਮਾਮਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਸੋ ਹੁਣ ਜੋੜੀ ਦਾ ਪ੍ਰੀ ਵੈਡਿੰਗ ਵੀਡੀਓ ਵੀ ਆਪਾਂ ਸਭ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤੇ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿੱਥੇ ਜਿੱਥੇ ਤੁਹਾਨੂੰ ਸਭ ਨੂੰ ਮੁੰਡਾ ਕੁੜੀ ਦੋਨੇ ਇਕੱਠੇ ਬਹੁਤ ਸੋਹਣੇ ਲੱਗਣ ਤਾਲੀਆਂ ਤੁਲੀਆਂ ਤੁਹਾਨੂੰ ਐਵੇਂ ਕੰਮ ਹੈ ਪੰਜਾਬੀ ਰੌਲਾ ਪਾਉਂਦੇ ਹੁੰਦੇ ਆ ਇੱਕ ਵਾਰ ਰੌਲਾ ਪਾ ਦੋ ਜੋੜੀ ਦੇ ਨਾਮ ਤੇ ਮੇਕ ਸਮ ਨੋਇਸ ਐਵਰੀਵਨ ਕਿਆ ਬਾਤ ਹੈ ਹੁਣ ਪਤਾ ਚੱਲਿਆ ਪੰਜਾਬੀਆਂ ਦਾ ਵਿਆਹ ਸਾਰੇ ਮਹਿਮਾਨ ਥੋੜਾ ਸਾਈਡ ਤੇ ਹੋ ਜਾਓ ਵੀਡੀਓ ਦਾ ਫੋਟੋ ਜਦੋਂ ਵੇਖੀ ਸੀ ਵਤੇਰੀ ਜ਼ਿੰਦਗੀ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ ਵੇਲੇ ਜਿੰਦਾ ਕੱਟ ਹੁੰਦਾ ਨਾਲ ਸਰਕਾਰਾਂ ਵੀ ਸਲਾਹ ਲੈਂਦੀਆਂ ਲਓ ਜੀ ਇੱਥੋਂ ਅਸੀਂ ਚੱਲੇ ਸੀ ਅਤੇ ਇੱਥੇ ਹੀ ਅਸੀਂ ਪਹੁੰਚ ਗਏ ਹਾਂ ਅਤੇ ਵਿਆਹ 'ਚ ਪੂਰਾ ਇੰਜੋਇਮੈਂਟ ਕੀਤਾ ਵਧੀਆ ਲੱਗਾ ਐਨ ਪੂਰਾ ਵਿਆਹ ਬਹੁਤ ਵਧੀਆ ਆਪਾਂ ਨੇ ਤਾਂ ਦੋ ਚਾਰ ਠੁਮਕੇ ਵੀ ਲਾਏ ਖਾਸੀ ਦੇਰ ਬਾਅਦ ਬੜੇ ਨੱਚੇ ਵੀ ਆਪਾਂ ਨਾ ਸੋਚਿਆ ਮੇਰੇ ਖਿਆਲ ਪੂਰਾ ਆਇਆ ਹਾਂ ਅਤੇ ਬੰਤ ਬਾਈ ਦੀ ਗੱਡੀ ਉੱਧਰ ਖੜੀ ਆ ਸਾਰੇ ਚੁਗਲੀਆਂ ਪੱਪੀ ਬਾਈ ਨੂੰ ਮੈਂ ਕਹਿੰਦਾ ਦੋ ਸਾਲ ਬਾਅਦ ਸਾਡੇ ਟੂਰ ਸੀਗਾ ਆਪਾਂ ਇਕੱਠੇ ਗਏ ਸੀ ਦੋ ਤਿੰਨ ਸਾਲ ਬਾਅਦ ਇਕੱਠੇ ਇੰਜੋਏ ਇਕੱਠੇ ਜਾਣਾ ਮੈਨੂੰ ਦੂਰ ਸੀ ਪਹਿਲਾਂ ਅਸੀਂ ਆਪਣੀ ਆਪਣੀ ਗੱਡੀ ਲੈ ਕੇ ਚੱਲੇ ਤੇ ਪੰਦਰਾਂ ਸੀਗਾ ਹਾਂ ਆਪਣੀ ਪਹਿਲਾਂ ਆਪਣੀ ਆਪਣੀ ਗੱਡੀ ਲੈ ਕੇ ਜਾਣਾ ਤਾ ਤੇ ਹੁਣ ਅਸੀਂ ਇੱਕ ਗੱਡੀ 'ਚ ਗਏ ਤੇ ਚੰਗਾ ਲੱਗਿਆ ਸਵਾਦ ਅਸੀਂ ਕਹਿੰਦੇ ਵੀ ਤੇਲ ਦੀ ਬੱਚਤ ਕਰੋ ਜੇ ਕਿਤੇ ਜਾਣਾ ਹੁੰਦਾ ਐਵੇਂ ਯਾਰ ਬਣਾਇਆ ਕਰੋ ਹਾਂ ਪਿਆਰ ਬਣਾਇਆ ਕਰੋ ਦੂਰ ਤਾਂ ਇਕੱਠੇ ਹੋ ਕੇ ਜਾਇਆ ਕਰੋ ਦੂਰ ਨੇੜੇ ਵੀ ਇਕੱਠੇ ਹੋ ਕੇ ਜਾਣਾ ਚਾਹੀਦਾ ਇਕੱਠੇ ਹੋ ਕੇ ਜਾਣਾ ਚਲੋ ਫਿਰ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਬੰਦ ਕਰਦੀ ਬਾਈ ਹੁਣ ਕਰਨੀਆਂ ਪੈਣੀਆਂ ਹੁਣ ਵੀਡੀਓ ਇੱਥੇ ਤੱਕ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੇ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ